हाँ जी सत श्री अकाल दोस्तों, मैं डॉक्टर हरमन जीरा। दोस्तों जिवें कि सानू सारयां नू पता वी जिहड़ा लसण आ उह साडे लई बड़े फायदे रखदा, साडी सेहत वास्ते, साडे वधे होए कोलेस्ट्रोल नू घट करदा है, माड़ा कोलेस्ट्रोल जिहड़ा एलडीएल, साडे ब्लड प्रैशर नू हेठां लैके आउंदा ते साडे दिल दी सेहत लई बड़ा वधिया मन्निया गया। वधदी उमर च जिहड़ियां साडे खून दीआं नसां च इनफलामेशन हो जांदी आ, इहनां च सख्ती आ जांदी जिहदे करके ब्लड कलॉट बनन दा जिहड़ा खतरा उह वध जांदा है। दोस्तों उहनूं वी इह ठीक करदा इह हेठां लैके आउंदा। सो पर बहुत लोग इहनूं खाणा चाहुंदे आपदी सेहत वास्ते, आपदे बीपी नूं सही रखण वास्ते, कोलेस्ट्रोल नूं घटाउण वास्ते, पर उहनां नूं इहदा जिहड़ा टेस्ट आ कईआं नूं उह नहीं वधिया लगदा ते कईआं नूं लसण खाण नाल तेजाब बन जांदा, इत्थे जलन होण लग जांदी आ। सो अज असीं अजिहा तरीका अजिही विधि दी गल करांगे जिस तो बाद जिहड़ा लसन दा सानू टेस्ट भी भैड़ा नहीं लगूगा, माड़ा नहीं लगूगा, इहदे नाल नाल साडे तेजाब भी नहीं बनाऊगा ते इहदे नाल नाल इहदी जिहड़ी पावर आ उह 3 तों 4 गुणा वध जांदी आ इस तरीके तों बाद जदों असीं लसन खाने आ। सो उह तरीका फरमेंटेशन दा, उह विधि जानण तों पहलां आओ जानदे वी किहड़े कारण आ लसन इन्ना गणकारी क्यों आ, इन्नी खास जड़ी बूटी क्यों साडी सेहत वास्ते, ते इह सानू किहड़े किहड़े फायदे दिंदा। दोस्तो लसण दे विच इक एलिसन नां दा अजिहा पदार्थ पाया जांदा है, कैमिकल कह लो कंपाउंड कह लो पाया जांदा, वी इह साडे जिन्ने वी इह गुण रखदा, एंटी इनफलामेटरी भाव कह लो वी सोजा नूं घट करदा है, फिर साडे कोलेस्ट्रोल नूं घटाउंदा है, साडे हाई ब्लड प्रैशर नूं घटाउंदा, सो इसे एलिसन नां दे पदार्थ करके। ते आओ हुण जाणदे हां वी ਇਹ ਤੋਂ ਸਾਨੂੰ ਕਿਹੜੇ ਕਿਹੜੇ ਲਾਭ ਮਿਲਦੇ, ਫਾਇਦੇ ਮਿਲਦੇ। ਦੋਸਤੋ ਜੇ ਅਸੀਂ ਰੋਜ਼ਾਨਾ ਲਸਣ ਦਾ ਇਸਤੇਮਾਲ ਕਰਦੇ ਹਾਂ ਤਾਂ ਇਹਦੇ ਨਾਲ ਸਾਨੂੰ ਫੈਟੀ ਲਿਵਰ ਦੀ ਜਿਹਨਾਂ ਨੂੰ ਪਰੇਸ਼ਾਨੀ ਆ ਉਹ ਵੀ ਠੀਕ ਹੁੰਦੀ ਆ, ਸਾਡੇ ਲਿਵਰ ਦੀ ਸਫਾਈ ਕਰਦਾ ਹੈ, ਸਾਡੇ ਲਿਵਰ ਚੋਂ ਸਾਰੇ ਟੌਕਸਿਨਸ ਨੂੰ ਬਾਹਰ ਕਰਦਾ ਹੈ। ਇਹਦੇ ਨਾਲ ਨਾਲ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਵੀ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦਾ ਹੈ, ਘੱਟ ਕਰਦਾ ਹੈ, ਸਾਡੇ ਜਿਹੜਾ ਕੋਲੈਸਟ੍ਰੋਲ ਆ ਜਾਂ ਟ੍ਰਾਈਗਲਿਸਰਾਈਡ ਕਈ ਲੋਕਾਂ ਦੇ ਵੱਧ ਜਾਂਦਾ, ਜਿਹੜਾ ਐਲਡੀਐਲ ਮਾੜਾ ਕੋਲੈਸਟ੍ਰੋਲ ਉਹਨੂੰ ਘਟਾਉਂਦਾ ਤੇ ਐਚਡੀਐਲ ਨੂੰ ਉੱਪਰ ਲੈ ਕੇ ਜਾਂਦਾ ਹੈ। ਸੋ ਓਵਰਆਲ ਇਹ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੈ। ਤੇ ਦੋਸਤੋ ਲਸਣ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਾਡਾ ਜਿਹੜਾ ਖੂਨ ਆ ਇਹ ਵੀ ਸਾਫ਼ ਹੁੰਦਾ ਹੈ ਤੇ ਸਾਡੀ ਇਮਿਊਨਿਟੀ ਵੀ ਵੱਧਦੀ ਆ, ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਸਾਡੇ ਚ ਵੱਧਦੀ ਆ। ਸੋ ਇਹਦੇ ਬੜੇ ਅਣਗਿਣਤ ਲਾਭ ਆ, ਸੋ ਕਿਉਂ ਨਾ ਅਸੀਂ ਇਹਨੂੰ ਰੋਜ਼ਾਨਾ ਇਹਦਾ ਸੇਵਨ ਕਰੀਏ। ਸੋ ਜਿਹੜਾ ਕਾਰਨ ਹੈ ਸਾਨੂੰ ਟੇਸਟ ਚ ਮਾੜਾ ਲੱਗਦਾ ਹੈ ਜਾਂ ਸਾਡੇ ਤੇਜ਼ਾਬ ਬਣਾਉਂਦਾ, ਉਹਦਾ ਹੱਲ ਆਓ ਜਾਣਦੇ ਹਾਂ। ਦੋਸਤੋ ਅਸੀਂ ਲਸਣ ਨੂੰ ਇਹਨੂੰ ਫਰਮੈਂਟੇਸ਼ਨ ਕਰਨਾ ਹੈ, ਫਰਮੈਂਟ ਕਰਨ ਦੀ ਵਿਧੀ ਕੀ ਆ, ਅਸੀਂ 30 ਤੋਂ 40 ਦਿਨ ਜਿਹੜੇ ਇਹਨੂੰ ਫਰਮੈਂਟੇਸ਼ਨ ਲਈ ਰੱਖਣਾ, ਉਹਨੂੰ ਬਣਾਉਣ ਦਾ ਤਰੀਕਾ ਇਹ ਆ ਵੀ 15 ਤੋਂ 16 ਦੀ ਗਿਣਤੀ ਜਿਹੜੀਆਂ ਇਹਦੀਆਂ ਲਸਣ ਦੀਆਂ ਕਲੀਆਂ ਹੈ ਉਹ ਲੈ ਲਓ, ਇਹਨਾਂ ਨੂੰ ਵਧੀਆ ਤਰ੍ਹਾਂ ਛਿੱਲ ਕੇ ਸਾਫ਼ ਕਰਕੇ ਇੱਕ ਏਅਰ ਟਾਈਟ ਕੰਟੇਨਰ ਵਿੱਚ ਰੱਖ ਲਓ। ਹੁਣ ਤੁਸੀਂ ਜਿਹੜਾ 1 ਲੀਟਰ ਪਾਣੀ ਲੈਣਾ ਹੈ ਉਹਦੇ ਵਿੱਚ ਤੁਸੀਂ 4 ਚਮਚ ਜਿਹੜੇ ਨਮਕ ਦੇ ਮਿਕਸ ਕਰਨੇ ਆ, ਮਿਲਾਉਣੇ ਆ, ਤੇ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਤੁਸੀਂ ਇਹ ਜਿਹੜਾ ਪਾਣੀ ਲਿਆ ਹੈ ਇਹਨੂੰ ਲਸਣ ਵਾਲੇ ਜਾਰ 'ਚ ਪਾ ਦਿਓ ਜਿਹ 'ਚ ਲਸਣ, ਤੇ ਕਹਿ ਲਓ ਵੀ ਲਸਣ ਸਾਰੇ ਪਾਣੀ 'ਚੋਂ ਡੁੱਬਣੇ ਚਾਹੀਦੇ ਆ, ਤੇ ਇਹਦੇ 'ਚ 1 ਚਮਚਾ ਸਿਰਕਾ ਵੀ ਮਿਲਾਓ। ਅਜਿਹੀ ਜਗ੍ਹਾ ਰੱਖ ਦਿਓ ਵੀ ਜਿੱਥੇ ਧੁੱਪ ਨਾ ਲੱਗੇ, ਕਿਉਂਕਿ ਜੇ ਇਹਨੂੰ ਸਿੱਧੀ ਧੁੱਪ ਲੱਗੂਗੀ ਤਾਂ ਇਹ ਖਰਾਬ ਹੋ ਜਾਊਗਾ। ਤੇ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ, ਇਹਦਾ ਜਿਹੜਾ ਢੱਕਣ ਆ ਇਹਦਾ 2-3 ਦਿਨਾਂ ਬਾਅਦ ਉਹਨੂੰ ਖੋਲਣਾ ਵੀ ਆ, ਕਿਉਂਕਿ ਇਹਦੇ ਵਿੱਚ ਬਬਲਸ ਬਣਨੇ ਸ਼ੁਰੂ ਹੋ ਜਾਂਦੇ, ਗੈਸ ਬਣਦੀ ਆ, ਸੋ ਉਹਨੂੰ ਬਾਹਰ ਕੱਢਣਾ ਬੜਾ ਜ਼ਰੂਰੀ ਆ। ਤੇ ਹੌਲੀ ਹੌਲੀ 10-15 ਦਿਨਾਂ ਤੋਂ ਬਾਅਦ ਇਹਦਾ ਜਿਹੜਾ ਕਲਰ ਆ ਉਹ ਵੀ ਚੇਂਜ ਹੋਣਾ ਸ਼ੁਰੂ ਹੋ ਜੂ, ਡਾਰਕ ਬਰਾਊਨ ਰੰਗ ਦਾ ਹੋ ਜਾਂਦਾ ਹੈ। ਸੋ ਇਹਨੂੰ ਤੁਸੀਂ ਜਿੰਨਾ ਸਮਾਂ ਵੱਧ ਇਹਨੂੰ ਫਰਮੈਂਟ ਕਰੋਗੇ ਓਨਾ ਹੀ ਇਹਦਾ ਅਸਰ ਵੱਧਦਾ ਜਾਊਗਾ। ਸੋ ਘੱਟੋ ਘੱਟ 40-45 ਦਿਨਾਂ ਤੋਂ ਬਾਅਦ ਤੁਸੀਂ ਇਹਦਾ ਯੂਜ਼ ਕਰ ਸਕਦੇ ਆ। ਸਵੇਰੇ ਨਿਰਣੇ ਕਾਲ ਜੇ 2-3 ਕਲੀਆਂ ਇਹਦੀਆਂ ਲਓ, ਉਹਨਾਂ ਨੂੰ ਚਬਾ ਕੇ ਪਾਣੀ ਨਾਲ, ਕੋਸੇ ਪਾਣੀ ਨਾਲ ਲਓ, ਤੇ ਤੁਹਾਡੀ ਸਿਹਤ ਨੂੰ ਸਾਰੇ ਲਾਭ ਮਿਲਣਗੇ ਜਿਹੜੇ ਲਸਣ ਤੋਂ ਸਾਨੂੰ ਮਿਲਦੇ ਆ, ਬਲਕਿ ਉਸ ਤੋਂ ਵੱਧ ਹੀ ਅਸਰ ਆਊਗਾ। ਸੋ ਇਹ ਜਿਹੜੀ ਜਾਣਕਾਰੀ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਤਾਂ ਜੋ ਲੋਕਾਂ ਨੂੰ ਲਸਣ ਦੇ ਫਾਇਦਿਆਂ ਦੇ ਨਾਲ ਨਾਲ ਇਹਨੂੰ ਵਰਤਣ ਦਾ ਸਹੀ ਤਰੀਕਾ, ਸਹੀ ਢੰਗ ਕੀ ਆ ਉਹਦੇ ਬਾਰੇ ਵੀ ਨੌਲੇਜ ਮਿਲ ਜੇ, ਪਤਾ ਲੱਗ ਜੇ। ਕਿਉਂਕਿ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ ਜੇ ਅਸੀਂ ਆਪਦੀਆਂ ਬਿਮਾਰੀਆਂ ਨੂੰ ਘਰੇਲੂ ਤਰੀਕਿਆਂ ਨਾਲ, ਕੁਦਰਤੀ ਚੀਜ਼ਾਂ ਨਾਲ ਠੀਕ ਕਰ ਲਈਏ, ਦਵਾਈਆਂ ਤੋਂ ਬਚੇ ਰਹੀਏ। ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ, ਕਿਉਂਕਿ ਦਵਾਈਆਂ ਦੇ ਕੁਝ ਆਪਣੇ ਸਾਈਡ ਇਫੈਕਟ ਵੀ ਹੁੰਦੇ ਆ।
ਸੋ ਵਧੀਆ ਇਹੀ ਰਹੂਗਾ ਜੇ ਅਸੀਂ ਸਿਹਤ ਚ ਆਪਦੀ ਚ ਕਹਿ ਲਓ ਵੀ ਖੁਦ ਆਪਦੀ ਜ਼ਿੰਦਗੀ ਚ ਪਰਿਵਰਤਨ ਲਿਆ ਕੇ ਸਹੀ ਹੋ ਜਾਈਏ। ਸੋ ਇਹ ਜਾਣਕਾਰੀ ਨੂੰ ਵੀ ਸ਼ੇਅਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਵੱਧ ਤੋਂ ਵੱਧ ਫੋਲੋ ਕਰ ਲਓ ਤਾਂ ਜੋ ਅਗਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਅੱਗੇ ਸੇਵਾ ਕਰੋ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕੇ। ਸੋ ਅੱਜ ਦੀ ਇੰਨੀ ਜਾਣਕਾਰੀ ਦੇਣੀ ਚਾਹੁੰਦਾ ਸੀ। ਸੋ ਅਗਲੀ ਵੀਡੀਓ ਲਈ ਮੈਂ ਉਮੀਦ ਕਰਦਾ ਵੀ ਤੁਸੀਂ ਇੰਤਜ਼ਾਰ ਜ਼ਰੂਰ ਕਰੋਗੇ। ਸੋ ਇਜਾਜ਼ਤ ਦਿਓ, ਧੰਨਵਾਦ।